ਇੱਕ ਦੇ ਵਿੱਚ ਤਮਾਮ ਲੋਕਾਂ ਨੇ ਆਪਣੀ ਆਪਣੀ ਗੱਲ ਰੱਖੀ, ਤਮਾਮ ਸਟੇਟਸ ਨੇ ਆਪਣਾ ਆਪਣਾ ਦੱਸਿਆ ਕਿ ਕਿਸ ਸਟੇਟ 'ਚੋਂ ਅਸੀਂ ਕਿੰਨੀਆਂ ਸੀਟਸ ਲੈ ਕੇ ਆਏ, ਕੀ ਕਮੀਆਂ ਰਹੀਆਂ, ਕਿਵੇਂ ਅਸੀਂ ਹੋਰ ਚੰਗੇ ਤਰੀਕੇ ਨਾਲ ਪਰਫੋਰਮ ਕਰ ਸਕਦੇ ਸਾਂ। ਸੋ ਇਹ ਤਮਾਮ ਚਰਚਾ ਰਹੀ ਔਰ ਆਉਣ ਵਾਲੀਆਂ ਜਿਹੜੀਆਂ ਦੋ ਤਿੰਨ ਰਾਜਾਂ ਦੇ ਜਿਹੜੇ ਚੁਣਾਵ ਹੈ ਉਹਦੇ 'ਤੇ ਵੀ ਚਰਚਾ ਹੋਈ। ਰਾਹੁਲ ਗਾਂਧੀ ਜੀ ਔਰ ਖੜਗੇ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਇਸ ਵਾਰੀ ਦਾ ਜਿਹੜਾ ਚੁਣਾਵ ਸੀ ਬੜਾ ਇੰਟਰਸਟਿੰਗ ਚੁਣਾਵ ਸੀ। ਬਿਨਾਂ ਸੰਸਾਧਨ ਤੋਂ ਜਿਸ ਪ੍ਰਕਾਰ ਸਾਨੂੰ ਲੈਵਲ ਪਲੇਇੰਗ ਫੀਲਡ ਨਹੀਂ ਦਿੱਤਾ ਗਿਆ, ਸਾਡੇ ਖਾਤੇ ਸੀਜ਼ ਕਰ ਦਿੱਤੇ ਗਏ ਔਰ ਜਿਸ ਪ੍ਰਕਾਰ ਏਜੰਸੀਆਂ ਦਾ ਇਸਤੇਮਾਲ ਹੋਇਆ, ਇਸ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਔਰ ਵੱਡੀ ਜਿੱਤ ਹਾਸਿਲ ਹੋਈ ਹੈ। ਔਰ ਅਗਰ ਇਸੇ ਤਰ੍ਹਾਂ ਈਵਨ ਉੱਤਰ ਪ੍ਰਦੇਸ਼ ਦੀ ਅਗਰ ਗੱਲ ਕਰੀਏ ਤਾਂ ਬਹੁਤ ਵੱਡਾ ਨੰਬਰ ਮੇਰਾ ਖਿਆਲ ਜਿਹੜਾ ਇੰਡੀਆ ਅਲਾਇੰਸ ਦੇ ਹਿੱਸੇ ਵਿੱਚ ਆਇਆ। ਸੋ ਨਾਲ ਹੀ ਨਾਲ ਪੂਰੀ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨਾਂ ਨੇ ਇਹ ਗੱਲ ਕਹੀ ਕਿ ਰਾਹੁਲ ਗਾਂਧੀ ਜੀ ਨੂੰ LOP ਦਾ ਜਿਹੜਾ ਅਹੁਦਾ ਉਹ ਸੰਭਾਲਣਾ ਚਾਹੀਦਾ। ਪ੍ਰਸਤਾਵ ਪਾਸ ਹੋਇਆ, ਪੇਸ਼ ਹੋਇਆ, ਫਿਰ ਸਾਰਿਆਂ ਨੇ ਸਹਿਮਤੀ ਜਤਾਈ ਔਰ ਅੰਤ ਵਿੱਚ ਰਾਹੁਲ ਗਾਂਧੀ ਜੀ ਨੂੰ ਖੜਗੇ ਸਾਹਿਬ ਨੇ ਇਹ ਵੀ ਰਿਕੁਐਸਟ ਕੀਤੀ ਔਰ ਹਦਾਇਤ ਕੀਤੀ ਕਿ ਇਹ ਨਿਰਣੇ ਕਾਂਗਰਸ ਪਾਰਟੀ ਕੇ ਨੇਤਾਓਂ ਕਾ ਹੈ, ਲੋਕੋਂ ਕਾ ਹੈ, ਇਸ ਦੇਸ਼ ਕੀ ਭਾਵਨਾ ਹੈ, ਆਪਕੋ ਇਸਕੇ ਉੱਪਰ ਸੋਚਣਾ ਪੜੇਗਾ ਔਰ ਮਾਨਣਾ ਪੜੇਗਾ। ਰਾਹੁਲ ਗਾਂਧੀ ਜੀ ਨੇ ਕਿਹਾ ਕਿ ਮੈਨੂੰ ਕੁਝ ਦੇਰ ਦਾ ਵਕਤ ਚਾਹੀਦਾ ਔਰ ਮੈਂ ਸੋਚ ਕੇ ਇਹਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗਾ। ਔਰ ਮੈਨੂੰ ਪੂਰਨ ਉਮੀਦ ਹੈ ਕਿ ਰਾਹੁਲ ਗਾਂਧੀ ਜੀ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਔਰ ਕਾਂਗਰਸ ਪਾਰਟੀ ਦੇ ਤਮਾਮ ਲੀਡਰ ਸਾਹਿਬਾਨਾਂ ਦੀਆਂ ਭਾਵਨਾ ਨੂੰ ਸਮਝਦੇ ਹੋਏ LOP ਦਾ ਜਿਹੜਾ ਅਹੁਦਾ ਹੈ ਉਹ ਜ਼ਰੂਰ ਸੰਭਾਲਣਗੇ ਔਰ ਦੇਸ਼ ਦੇ ਉਹਨਾਂ ਲੋਕਾਂ ਦੀਆਂ ਆਵਾਜ਼ ਨੂੰ ਬੁਲੰਦ ਕਰਨਗੇ, ਕਿਉਂਕਿ ਇੱਕ ਐਸਾ ਵਿਅਕਤੀ ਹੈ ਜੋ ਸਰਕਾਰ ਦੇ ਸਾਹਮਣੇ ਖੜ੍ਹਾ ਹੋ ਕੇ, ਜੋ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਖੜ੍ਹਾ ਹੋ ਕੇ ਅੱਖ 'ਚ ਅੱਖ ਪਾ ਕੇ ਗੱਲ ਕਰ ਸਕਦੇ, ਜਿਹਨੂੰ ਕੋਈ ਦਬਾ ਨਹੀਂ ਸਕਿਆ, ਨਾ ED, ਨਾ CBI, ਨਾ ਇਨਕਮ ਟੈਕਸ। ਸੋ ਪੂਰਨ ਉਮੀਦ ਹੈ ਕਿ ਰਾਹੁਲ ਗਾਂਧੀ ਅਹੁਦਾ ਸੰਭਾਲਣਗੇ ਔਰ ਤਮਾਮ ਜਿਹੜੇ ਇਸ਼ੂਜ਼ ਹੈਗੇ ਨੇ, ਬੇਰੁਜ਼ਗਾਰੀ ਦਾ ਇਸ਼ੂ ਹੈ, ਮਹਿੰਗਾਈ ਦਾ ਇਸ਼ੂ ਹੈ, ਅਗਨੀਵੀਰ ਇਸ਼ੂ ਹੈ, ਇਹਨਾਂ ਇਸ਼ੂਜ਼ ਦੇ ਉੱਤੇ ਅਸੀਂ ਡਟ ਕੇ ਲੋਕ ਸਭਾ ਦੇ ਵਿੱਚ ਮੁਖਾਮੁਖੀ। ਜਿਸ ਤਰੀਕੇ ਸੇ ਪੰਜਾਬ ਮੇ ਆਪ 7 ਸੀਟੋਂ ਜੀਤੇ ਹੈ, ਉਮੀਦ ਤੋ ਹਮੇ 10 ਕੀ ਥੀ। ਬਹੁਤ ਉਮੀਦ, ਉਮੀਦ ਨਾਲ ਹੀ ਬੰਦਾ ਜਿਉਂਦਾ ਔਰ ਉਮੀਦ ਅੱਗੇ ਤੋਂ ਆਉਣ ਵਾਲੇ ਸਮੇਂ 'ਚ ਪਹਿਲੀ ਵਾਰੀ ਹੋਇਆ ਕਿ 26 ਸਾਲਾਂ 'ਚ BJP ਦਾ ਖਾਤਾ ਵੀ ਜਿਹੜਾ ਹੈ ਪੰਜਾਬ ਦੇ ਅੰਦਰ ਨਹੀਂ ਖੁੱਲਿਆ। ਇੱਕ ਦਿੱਲੀ ਦੇ ਅੰਦਰ ਸਰਕਾਰ ਸੀ, ਇੱਕ ਪੰਜਾਬ ਦੇ ਅੰਦਰ ਸਰਕਾਰ ਸੀ। ਪੰਜਾਬ ਦੇ ਅੰਦਰ ਕਹਿੰਦੇ ਸੀ 13-0 ਔਰ 92 ਸੀਟਾਂ ਵਾਲੀ ਸਰਕਾਰ ਅੱਜ 3 ਕੇਵਲ ਲੋਕ ਸਭਾ 'ਤੇ ਸਿਮਟ ਕੇ ਰਹਿ ਗਈ ਹੈ। ਸਿੱਧਾ ਸਿੱਧਾ ਲੋਕਾਂ ਨੇ ਇਹ ਸੰਦੇਸ਼ ਦਿੱਤਾ ਕਿ ਆਉਣ ਵਾਲਾ ਕੱਲ੍ਹ ਕਾਂਗਰਸ ਪਾਰਟੀ ਦਾ ਹੈ ਔਰ ਕਿਸ ਪ੍ਰਕਾਰ ਅਸੀਂ ਆਉਣ ਵਾਲਾ ਕੱਲ੍ਹ ਨੂੰ ਸੰਭਾਲਣਾ ਹੈ, ਇਹਦੇ 'ਤੇ ਅਸੀਂ ਆਉਣ ਵਾਲੇ ਜਿਹੜੇ 2.5 ਸਾਲ ਨੇ ਉਹਦੇ 'ਤੇ ਗੌਰ ਪਾਰਟੀ ਅਧਿਆਪਕ ਤੇ ਚੁਣੌਤੀ ਤੀ ਮੰਨਦੇ ਆ ਪੰਜਾਬੀ ਚੁਣੌਤੀ ਤਾਂ ਕੋਈ ਨਹੀਂ ਹੁੰਦੀ ਪਾਰਟੀ ਅਧਿਆਕਸ਼ ਵਾਸਤੇ, ਪਰ ਹਾਂ ਜ਼ਿੰਮੇਦਾਰੀ ਜ਼ਰੂਰ ਸੀਗੀ ਔਰ ਮੈਨੂੰ ਇਹ ਲੱਗਦਾ ਸੀ ਕਿ ਅਸੀਂ ਆਪਣੀ ਜ਼ਿੰਮੇਦਾਰੀ ਚੰਗੇ ਤਰੀਕੇ ਨਾਲ ਨਿਭਾਈਏ, ਚੰਗੀਆਂ ਸੀਟਾਂ ਦੇ ਨਾਲ ਉਸ ਮੇਰੀ ਜ਼ਿੰਮੇਵਾਰੀ 'ਤੇ ਜਿਹੜਾ ਅਸੀਂ ਕੰਮ ਕੀਤਾ, ਮੈਂ ਅਤੇ ਸਾਡੀ ਕਾਂਗਰਸ ਪਾਰਟੀ ਦੇ ਤਮਾਮ ਲੀਡਰ ਸਾਹਿਬਾਨਾਂ ਨੇ, ਸਾਰੀ ਆਰਗੇਨਾਈਜੇਸ਼ਨ ਨੇ, ਲੋਕਾਂ ਨੇ ਉਹਦੇ 'ਤੇ ਮੋਹਰ ਲਾਈ ਹੈ, ਸੰਤੁਸ਼ਟੀ ਜਿਤਾਈ ਹੈ, ਲੇਕਿਨ ਹਜੇ ਮੈਨੂੰ ਲੱਗਦਾ ਕੰਮ ਕਰਨ ਦੀ ਸਾਨੂੰ ਹੋਰ ਵਧੇਰੇ ਲੋੜ। ਰਾਜੇ ਵੜਿੰਗ ਜੀ, ਆਖਰੀ ਸਵਾਲ ਮੇਰਾ ਇਹ ਹੈ ਕਿ ਅੱਜ ਮੋਹਾਲੀ ਦੇ ਅੰਦਰ ਇੱਕ ਲੜਕੀ ਕੋ ਦਾਰਦਾਰ ਅਧਿਆਪਕ ਸੇ ਕੱਟ ਕਰ ਉਸਦੀ ਹੱਤਿਆ ਕਰ ਦੀ ਗਈ ਹੈ, ਕੈਸੇ ਦੇਖ? ਇਹ ਕੋਈ ਪਹਿਲੀ ਗੱਲ ਦਿਨ ਦੀ ਵਾਰਦਾਤ ਨਹੀਂ, ਅਸੀਂ ਤਾਂ ਪਹਿਲੇ ਦਿਨ ਕਹਿ ਰਹੇ ਹਾਂ ਕਿ ਜਿਹੜਾ ਲਾਅ ਐਂਡ ਆਰਡਰ ਦੇ ਹਾਲਾਤ ਨੇ ਉਹ ਬਦਤੋਂ ਬਦਤਰ ਹੋ ਗਏ ਨੇ ਪੰਜਾਬ ਦੇ ਵਿੱਚ ਔਰ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੈ ਉਹ ਬਿਲਕੁਲ ਇਸ ਗੱਲ 'ਤੇ ਜਵਾ ਵੀ ਗੌਰ ਨਹੀਂ ਫਰਮਾਈ ਉਹਨਾਂ ਨੇ। ਇਹ ਹਾਲਾਤਾਂ ਦੀ ਜ਼ਿੰਮੇਦਾਰੀ ਜਿਹੜੀ ਹੈ ਸ਼ਰੇਆਮ ਆਮ ਆਦਮੀ ਪਾਰਟੀ ਦੀ ਹੈ ਔਰ ਮੁੱਖ ਮੰਤਰੀ ਪੰਜਾਬ ਦੀ ਹੈ, ਔਰ ਅਗਰ ਇਸੇ ਤਰ੍ਹਾਂ ਹੀ ਹਾਲਾਤ ਖਰਾਬ ਰਹੇ ਤਾਂ ਮੈਨੂੰ ਲੱਗਦਾ ਕਿ ਪੰਜਾਬ ਪੰਜਾਬ ਨਹੀਂ ਰਹੇਗਾ।